ਆਪਾਂ ਨੂੰ ਉਹਨਾਂ ਗੱਲ ਕਰਨੀ ਚਾਹੀਦੀ ਹੈ। ਉਹ ਤੂੰ ਆਪਦੀਆਂ ਸਕੀਮਾਂ ਹੀ ਲਾਇਆ ਕਰ, ਬਹਿ ਜਾ ਟੇਕ ਕੇ। ਵੈਸੇ ਗੱਲ ਤਾਂ ਸਹੀ ਹੈ ਯਾਰ, ਗੱਲ ਤਾਂ ਠੀਕ ਆ ਮਿੰਦਰੇ ਦੀ, ਗੱਲ ਹੋ ਨਹੀਂ ਸਕਦੀ ਯਾਰ। ਆਪਣਾ ਪਤਾ ਕਰਨ ਦਾ ਹੱਕ ਬਣਦਾ ਬਈ, ਬਹਿ ਆਉਂਦੇ ਯਾਰ, ਕਿਹਦੀ ਗੱਲ ਆ। ਲਾਲ ਸੂਟ ਵਾਲੀ ਨੇ ਬੜੀ ਅੱਤ ਚੱਕੀ ਆ, ਸੌਣ ਲੱਗੇ ਰੱਬ ਦੀ ਬੈਟਰੀ ਵਾਂਗੂ ਜਗਦੀ ਹੈ ਯਾਰ। ਅਤੇ ਜੇ ਕਿਤੇ ਇਹਦੇ ਨਾਲ ਗੱਲ ਬਣ ਜਾਏ ਨਾ, ਤਾਂ ਰੱਬ ਦੀ ਸੌ ਨਜ਼ਾਰੇ ਹੀ ਆ ਜੇ ਨਜ਼ਾਰਾ। ਬਾਈ ਮੈਨੂੰ ਤਾਂ ਬਾਹਲੀ ਅੱਤ ਲੱਗਦੀ ਆ, ਬਾਹਲੀ। ਕਿੰਗਰਿਆ ਕੀ ਕਰਾਂ ਤੂੰ ਹੀ ਦੱਸ, ਜੇ ਕਹੇ ਤਾਂ ਅੱਜ ਹੀ ਚੱਕ ਲਈਏ। ਗੱਲ ਸੁਣੋ ਚਿਕਣਿਆ, ਮੈਨੂੰ ਤਾਂ ਤੂੰ ਆਪ ਕੁੜੀਆਂ ਵਰਗਾ ਲੱਗਦਾ, ਤੂੰ ਕੁੜੀ ਕਿਤੇ ਚੱਕ ਲਈ ਨਾ। ਤੂੰ ਕੌਣ ਹੁੰਦਾ ਹੈ ਮੈਨੂੰ ਕਹਿਣ ਵਾਲਾ? ਕੀ ਹਾਲ ਆ ਬਈ, ਕਿੱਦਾਂ ਮੁੰਡਿਓ? ਜਨਾਨੀਆਂ ਪਿੱਛੇ ਲੜਨ ਤੋਂ ਬਿਨਾਂ ਕੋਈ ਕੰਮ ਵੀ ਕਰਦੇ ਹੋ? ਕੁਛ ਨਹੀਂ ਬਾਈ, ਅਸੀਂ ਤਾਂ ਉਦਾਂ ਹੀ ਟਾਈਮ ਪਾਸ ਕਰੀ ਜਾਈਦਾ। ਲੜਦਾ ਕੌਣ ਆ, ਇਹ ਤਾਂ ਭਰਾ ਆ ਆਪਣਾ। ਚਲੋ ਚੰਗੀ ਗੱਲ ਹੈ, ਨਾਲੇ ਮੈਂ ਸੁਣਿਆ ਇੱਥੇ ਨਵੀਂ ਜੀ ਮੰਡੀਰ ਆਈ ਹੈ, ਚੱਕਿਆ ਫਿਰ ਕੋਈ ਬੰਦਾ? ਕੋਈ ਨਹੀਂ ਬਾਈ, ਜਦ ਸਿਰ ਤੇ ਹੱਥ ਹੈ ਤੇਰਾ ਤਾਂ ਸਮਝ ਬਾਬੇ ਦੀਆਂ ਮੇਰਾ, ਕੋਈ ਨਹੀਂ ਚੱਕ ਦਾਂਗੇ ਫੱਟੇ। ਚਲੋ ਚੰਗੀ ਗੱਲ ਹੈ ਬਾਈ, ਸਾਨੂੰ ਤੇਰਾ ਸਾਥ ਹੀ ਚਾਹੀਦਾ। ਚੰਗੀ ਗੱਲ ਹੈ, ਮੇਰੇ ਡੇਰੇ ਵਾਲੇ ਬਾਬਾ ਜੀ ਦਾ ਵੀ ਹੁਣ ਕੰਮ ਘੱਟ ਚੁੱਕਿਆ, ਤਾਂ ਆਪਾਂ ਹੁਣ ਇੱਥੋਂ ਨਵੀਂ ਮੰਡੀਰ ਚੱਕਣੀ। ਕੋਈ ਗੱਲ ਨਹੀਂ ਵੀਰ ਜੀ, ਹਾਂ ਵੀ ਹਾਂ, ਗੱਲ ਨਹੀਂ ਬਾਈ, ਗੱਲ ਨਹੀਂ ਬਾਈ, ਚੱਕ ਦੋ ਬਾਈ, ਕੰਮ ਚੱਕ ਦੋ। ਹਾਂ ਬਾਈ, ਕਿੱਧਰ ਦੀ ਤਿਆਰੀ? ਪਿੰਡ ਦੀ ਤਿਆਰੀ ਬਾਈ, ਹੁਣੇ ਤਾਂ ਤੂੰ ਆਇਆ ਸੀ, ਹੁਣੇ ਚੱਲਿਆ ਵੀ ਬਾਈ, ਇੱਧਰ ਮਾਂ ਪਿਓ ਨੂੰ ਫੈਸ ਕਰਕੇ ਅੱਗੇ ਉੱਤੇ ਸੀ, ਪਰ ਆ ਮਿਲਿਆ ਕਰਦਿਆਂ ਦੀ ਫੀਸ ਦਾ ਹੱਲ, ਟੈਨਸ਼ਨ ਲੈ ਨਿੱਧਰ ਘੁਲਾ ਹੁਣ ਸਰਾਂ ਦੀ ਆ। ਲੈ ਬਈ ਮਿੱਤਰਾ, ਹੋ ਗਿਆ ਤੇਰੀ ਫੀਸ ਦਾ ਇੰਤਜ਼ਾਮ, ਚੱਲੀਏ ਬਾਈ। ਚੱਲ ਬਾਈ, ਆਇਆ ਜੀ ਬਾ, ਚੱਲ ਬਾਈ। ਕੋਈ ਨੀ ਬੱਚਾ, ਬਾਬਿਆਂ ਨੂੰ ਤੇ ਲੋਕਾਂ ਨੂੰ ਤਾਂ ਕੁਲ ਸੰਭਾਲ ਦੀ ਫਿਰਦੀ ਹੁੰਦੀ ਆ, ਆਪਾਂ ਤੀਜੇ ਦਿਨ ਹੋਰ ਡੇਰਾ ਬਦਲ ਲਾਂਗੇ। ਤੂੰ ਆਪਾਂ ਨੂੰ ਸਾਥ ਬਣਿਆ ਨਾ, ਨਜ਼ਾਰਾ ਬਣਾਗਾ ਤੀਜੇ ਦਿਨ, ਨਜ਼ਾਰੇ ਨਜ਼ਾਰੇ। ਬਹੁਤ ਨਵੀਂ ਮੰਡੀਰ ਚੱਕੀ ਆਪਾਂ ਇਸ ਵਾਰ, ਕੋਈ ਲੋੜ ਨਹੀਂ ਤੁਹਾਡੇ ਹੁੰਦੇ ਬਾਬਾ ਡਰ ਕਾ ਦਾ। ਬਾਬਾ ਤੁਸੀਂ ਟੈਨਸ਼ਨ ਨਾ ਲਓ ਜੀ, ਇਸ ਵਾਰ ਮੈਂ ਪ੍ਰਧਾਨਗੀ ਦਾ ਪੰਗਾ ਲੈ ਲਿਆ, ਤੇ ਇਸ ਵਾਰ ਸਾਰੀ ਮੰਡੀਰ ਮੇਰੇ ਮੰਗ ਰਾ। ਉਹ ਪੁਲਿਸ ਪਾਸ ਨੀ ਆਪਾਂ ਨੂੰ ਹੱਥ ਪਾ ਸਕਦੀ। ਬਸ ਜੀ, ਅਸੀਂ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ, ਆਪਣਾ ਕੰਮ ਤਾਂ ਇੱਦਾਂ ਚੱਲਦਾ ਰਹੂ। ਚਲੋ ਠੀਕ ਆ ਜੀ, ਮਿਲਦੇ ਆ ਫਿਰ, ਮਾਲ ਮੂਲ ਦੀ ਕਿਰਪਾ ਰੱਖਿਆ ਕਰੋ, ਪੈਸੇ ਦੀ ਨਾ ਟੈਨਸ਼ਨ ਲਓ ਤੁਸੀਂ। ਲਿਓ ਬਾਬਾ ਜੀ ਪ੍ਰਸ਼ਾਦ ਦੇ ਦਿਓ, ਕਿਆ ਬਾਤ ਆ, ਮੇਹਰ ਭਰੇ ਹੱਥ ਰੱਖਿਓ। ਦੇਖਤਾ ਲੈ ਇੱਕ ਵਾਰੀ, ਚੈੱਕ ਤਾਂ ਕਰ ਲੈ ਬਾਬਿਆਂ ਦਾ ਮਾਲ ਕਿਵੇਂ ਗਲਤ ਹੋਊ, ਸਿਰਾ ਹੀ ਆ, ਇੱਕ ਨੰਬਰ ਆ। ਚਿੱਟਾ ਅਸਲੀ ਰੱਖਦੇ ਆ ਬਾਬੇ, ਨਿਰਾ ਖਰਾ ਸੋਨਾ ਹੈ। ਠੀਕ ਹੈ ਬਾਬਾ ਜੀ, ਮਿਲਦੇ ਹਾਂ। ਚੰਗਾ ਬਾਬਾ ਜੀ। ਬਾਈ ਆ ਸਾਰੀ ਚਾਹ ਡੋਲਤੀ, ਆ 10 ਰੁਪਏ ਲੈ ਸੋ ਹੁਣੇ। ਪਿੱਛੇ ਚੱਲ,
ਆ ਗਈ ਕਲਾਸ ਦਾ ਮਾਹੌਲ ਖਰਾਬ ਕਰਨ। ਮੇਰੀ ਕਲਾਸ 'ਚ ਤੁਸੀਂ ਟਾਈਮ 'ਤੇ ਆਇਆ ਕਰੋ, ਆਪ ਤਾਂ ਪੜ੍ਹਨਾ ਨਹੀਂ ਹੁੰਦਾ, ਪੜ੍ਹਨ ਵਾਲੇ ਸਟੂਡੈਂਟਸ ਨੂੰ ਵੀ ਖਰਾਬ ਕਰਦੇ ਹੋ ਤੁਸੀਂ। ਓ ਅਸੀਂ ਤਾਂ ਟਾਈਮ ਨਾਲ ਹੀ ਆਏ ਸੀ ਜੀ, ਬਸ ਬਾਹਰ ਹੀ ਟਾਈਮ ਲੱਗ ਗਿਆ ਥੋੜ੍ਹਾ ਜਿਹਾ। ਓ ਮਾਸਟਰ ਜੀ ਸ਼ੁਕਰ ਕਰੋ ਅਸੀਂ ਕਲਾਸ ਲਾਉਣ ਆ ਗਏ, ਤੁਸੀਂ ਟਾਈਮ ਦੀ ਗੱਲ ਕਰਦੇ ਹੋ। ਬਾਕੀ ਮਾਸਟਰ ਜੀ ਟਾਈਮ ਨਾਲ ਆਈਏ ਜਾਂ ਨਾ ਆਈਏ, ਤੁਸੀਂ ਕਿਹੜਾ ਪੜ੍ਹਾਉਣ ਵਾਲਾ ਕੰਮ ਕਰਦੇ ਆ, ਕਿਉਂ ਵੀ ਕੁੜੀਓ ਮੁੰਡਿਓ। ਹੁਣ ਛੱਡ ਗਈ ਯਾਰ ਨੂੰ ਕੱਲਾ। ਉਹ ਕੁਛ ਨੀ ਸਰ ਜੀ, ਕੈਨੇਡਾ ਵਾਲੀ ਕੁੜੀ ਨਾਲ ਗੱਲਬਾਤ ਚੱਲੀ ਜਾਂਦੀ ਆ, ਫੀਲਿੰਗ ਲੈ ਲਈ ਸੀ ਥੋੜੀ ਜੀ। ਮੈਨੂੰ ਲੱਗਦਾ ਤੁਹਾਡੇ ਪੜ੍ਹਨ ਦੇ ਇਰਾਦੇ ਨਹੀਂ ਹੈਗੇ। ਗੈਟ ਆਊਟ ਫਰੋਮ ਮਾਈ ਕਲਾਸ। ਥੈਂਕ ਯੂ ਜੀ। ਉਹ ਚਲੋ ਓਏ ਮੁੰਡਿਓ। ਆਪਣੇ ਕਰਮੇ ਤਾਂ ਕਾਗਜ਼ ਵਾਲੇ ਜਹਾਜ਼ ਹੀ ਰਹਿ ਗਏ। ਜਿਨ੍ਹਾਂ ਨੇ ਪੜ੍ਹਨਾ ਪੜ੍ਹ ਲੈਣਗੇ, ਇਹਨਾਂ ਬਿਗੜੀਆਂ ਵਾਲਾ ਤਾਂ ਕੁਛ ਨਹੀਂ ਹੋ ਸਕਦਾ। ਅੱਜ ਦੀ ਕਲਾਸ ਖਤਮ ਹੁੰਦੀ ਆ, ਸੀ ਯੂ ਇਨ ਨੈਕਸਟ ਕਲਾਸ। ਬਾਈ ਪੈਸੇ ਪੂਸੇ ਕਿਵੇਂ ਇਕੱਠੇ ਕਰਦੇ ਫਿਰਦੇ ਨਾ, ਉਹ ਦੇਖ ਸਾਹਮਣੇ ਦੇਖ। ਕਹਿ ਤਾਂ ਸਹੀ, ਆਪਾਂ ਵੀ ਚਾਰ ਇਕੱਠੇ ਕਰ ਲਈਏ, ਪੂਰਾ ਸਮਾਨ ਹੀ ਆਜੂਗਾ। ਸਾਰੇ ਪੈਸੇ ਪੂਰੇ ਹੋ ਗਏ, 500 ਰੁਪਇਆ ਘਟ ਗਿਆ ਯਾਰ, ਕਿਵੇਂ ਕਰੀਏ। ਹੈਲੋ, ਵਿਚਾਰ ਤਾਂ ਮੈਨੂੰ ਤੇਰੇ ਨੇਕ ਲੱਗਦੇ ਨੇ, ਪਰ ਮੈਨੂੰ ਤੇਰੇ ਇਰਾਦੇ ਨੇਕ ਨਹੀਂ ਲੱਗਦੇ। ਚੁੱਪ ਕਰ ਓਏ। ਮਾਲ ਤਾਂ ਪੂਰੇ ਜ਼ੋਰਾਂ ਸ਼ੋਰਾਂ ਚੱਲੀ ਜਾਂਦਾ ਬਾਈ, ਨਾਲੇ ਮੈਂ ਦੇਖੀ ਹੈ ਨਾ ਬਾਈ, ਆ ਪੈਸੇ ਪੂਸੇ ਇਕੱਠੇ ਕਰਦੇ ਫਿਰਦੇ ਯਾਰ। ਮੈਨੂੰ ਐ ਲੱਗਦਾ ਪ੍ਰਧਾਨ ਕੀ ਕਰਦੇ ਫਿਰਦੇ ਨੇ। ਜਿੱਦੇ ਕੋਈ ਹੱਥ ਵੱਜ ਗਿਆ ਉਦੀ ਪੈਸੇ ਨਾ ਮਾਲੋ ਮਾਲ ਕਰ ਦਾਂਗੇ ਮਾਲੋ ਮਾਲ। ਚੱਲ ਨਵਾਂ ਮਾਲ ਦੇ ਇਹਨੂੰ, ਨਾਲੇ ਪੈਸੇ ਪੂਸੇ ਟਾਈਮ ਤੇ ਪਹੁੰਚਾ ਦਿਆ ਕਰ। ਬਸ ਤੇਰਾ ਸਮਾਨ ਪਹੁੰਚ ਗਿਆ ਤੇ ਪੈਸੇ ਵੀ ਪਹੁੰਚ ਜਾਣਗੇ। ਠੀਕ ਆ, ਪਹੁੰਚਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹਿ ਜਾ, ਖਾ ਲਾਂਗੇ ਲੰਗਰ ਵੀ। ਪਤਾ ਹੀ ਬੇਬੇ ਬਾਪੂ ਨੂੰ ਪਹੁੰਚ ਗਿਆ ਮੈਂ। ਹਾਂ ਬਾਈ, ਦੱਸਤਾ ਸੀ। ਠੀਕ, ਪਹੁੰਚ ਗਿਆ। ਹਾਂ ਠੀਕ ਆ। ਕਿਵੇਂ ਬਾਈ ਮਹਿੰਦਰ, ਬੜਾ ਸੈਡ ਜੋ ਗਿਆ ਬੇਟਾ, ਜਿੱਦਣ ਇਹਨੂੰ ਲੈ ਕੇ ਆਇਆ ਯਾਰ ਮੈਨੂੰ ਕੋਈ ਚੱਕਰ ਲੱਗਦਾ। ਪੁੱਛ ਨਾ ਯਾਰ, ਉਹ ਰੈੱਡ ਸੂਟ ਵਾਲੀ ਨਾ। ਰੈੱਡ ਸੂਟ ਵਾਲੀ ਬਾਈ, ਇਹਦੇ ਚੱਕਰ 'ਚ ਮੈਂ ਵੀ ਲੇਟ ਹੋ ਗਿਆ। ਕਿਹੜੀ ਰੈੱਡ ਸੂਟ ਵਾਲੀ ਓਏ? ਕਿਹੜੀ ਓਏ? ਮੈਂ ਨਹੀਂ ਦੱਸਦਾ, ਕੋਈ ਲਾਲ ਸੂਟ ਵਾਲੀ ਨਹੀਂ।
ਐਕਸਕਿਊਜ਼ ਮੀ। ਹੈਲੋ ਮੈਡਮ, ਐਕਸਕਿਊਜ਼ ਮੀ ਤਾਂ ਵਿਚਾਰਾ ਆਪ ਤੰਗਾ, ਤੁਹਾਨੂੰ ਸਾਈਡ ਕਿੱਥੋਂ ਦੇ ਦੇਵੇ। ਕੀ ਰੌਲਾ ਪਾਈ ਜਾਂਦੇ ਆ, ਗੱਲ ਸੁਣੋ ਵੱਡਿਆ ਬਦਮਾਸ਼ਾ, ਸਾਡੇ ਮੁੰਡੇ ਤਾਂ ਇੱਦਾਂ ਹੀ ਕਰਨਗੇ। ਤੂੰ ਦੱਸ ਤੇਰੀ ਕੀ ਭੈਣ ਲੱਗਦੀ ਆ, ਚੱਲ ਦੇਖਦੇ ਦੇਖ ਲਾਂਗੇ ਓਏ ਤੈਨੂੰ। ਉਹ ਕੋਈ ਨਾ ਮੁੰਡਿਓ, ਬਾਹਰ ਜਾ ਕੇ ਦੇਖ ਲਾਂਗੇ ਇਹਨਾਂ ਨੂੰ। ਆ ਜਾ ਆ ਜਾ, ਹੁਣੇ ਹੀ ਆ ਜਾ। ਹੈਲੋ, ਤੇ ਤੁਸੀਂ ਕੱਲ ਮੈਨੂੰ ਸਪੋਰਟ ਕੀਤਾ, ਉਹਦੇ ਲਈ ਵੈਰੀ ਥੈਂਕ ਯੂ। ਕੋਈ ਗੱਲ ਨਹੀਂ ਜੀ, ਇਹ ਤਾਂ ਮੇਰਾ ਫਰਜ਼ ਸੀ। ਐਕਚੁਅਲੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂਜੀ ਦੱਸੋ। ਐਕਚੁਅਲੀ ਮੈਂ ਨਾ ਤੁਹਾਨੂੰ ਪਿਆਰ ਜਿਹਾ ਕਰਦਾ। ਪਿਆਰ ਤਾਂ ਮੈਂ ਵੀ ਕਰਦੀ ਹਾਂ ਤੁਹਾਨੂੰ। ਪੈਸਿਆਂ ਪੂਸਿਆਂ ਦਾ ਹੱਲ ਕੱਢ ਯਾਰ, ਮੈਂ ਤਾਂ ਜਿਹੜੀ ਸਕੀਮ ਲਾਈ ਸੀ ਮੈਂ ਤਾਂ ਉਹ ਤੋਂ ਵੀ ਹੱਥ ਧੋਲੇ, ਮੇਰੇ ਤੋਂ ਤਾਂ ਪੈਸੇ ਜਮ੍ਹਾਂ ਹੀ ਖਤਮ ਹੋਏ ਪਏ ਆ ਯਾਰ। ਆਪਾਂ ਕਾਲਜ ਦੀ ਫੀਸ ਵੀ ਭਰਨੀ ਆ ਮੰਨਿਆ, ਤੈਨੂੰ ਫੀਸਾਂ ਦੀ ਪਈ ਆ, ਮੈਨੂੰ ਢਿੱਲੋਂ ਹੋਣੀ ਰੋਜ਼ ਤਾਂ ਕਰਦੇ ਆ, ਪੈਸੇ ਪੈਸੇ ਪੈਸੇ। ਮੈਂ ਤਾਂ ਯਾਰ ਉਹਨਾਂ ਤੋਂ ਮਾਲ ਹੀ ਬਹੁਤ ਲੈ ਕੇ ਖਾ ਗਿਆ, ਮੈਂ ਤਾਂ ਪੈਸੇ ਦੇਣਾ ਉਹਨਾਂ ਦੇ, ਮੇਰਾ ਤਾਂ ਮਾਲ ਹੀ ਖਤਮ ਹੋਇਆ ਪਿਆ। ਬਾਈ ਬਾਈ, ਮੈਨੂੰ ਤਾਂ ਲੱਗਦਾ ਨਸ਼ਾ ਵੀ ਉਹੀ ਵੇਚਦੇ ਆ। ਕੋਈ ਗੱਲ ਨੀ, ਦੇਖ ਲੈਨੇ ਆ। ਉਹ ਕਿਵੇਂ ਮੁੰਡਿਓ, ਚੰਗਾ ਚੱਲਦਾ ਕਾਲਜ? ਵਧੀਆ 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 ਬਾਈ। ਉਹ ਸੱਚ ਮੈਡਮ ਕੀ ਕਹਿੰਦੀ ਸੀ ਤੈਨੂੰ? ਓਏ ਬਾਈ, ਇੱਕ ਮਿੰਟ, ਫੋਨ ਆਇਆ। ਹਾਂ ਬਾਈ, ਕਿੱਦਾਂ ਕਿੱਥੇ ਆ? ਵਧੀਆ ਚੱਲਦਾ ਬਾਈ, ਵਧੀਆ, ਬਹੁਤ ਵਧੀਆ ਚੱਲਦਾ ਬਾਈ। ਚਾਹੀਦਾ ਸੀ, ਚੱਲ ਮੈਂ ਆਇਆ ਬਾਈ, ਮੈਂ ਕੰਮ ਜਿਹਾ ਕਰਾਂ ਵਾ ਯਾਰ। ਉਹ ਜਲਦੀ ਮੁੰਡਾ ਹੀ, ਪੈਸਿਆਂ ਤੋਂ ਬੇਫਿਕਰ ਰਹਿ। ਜੈ ਬਾਬਿਆਂ ਦੀ, ਜੈ ਬਾਬਿਆਂ ਦੀ, ਜੈ ਬਾਬਿਆਂ ਦੀ। ਬਾਬੇ ਤੁਹਾਡੀਆਂ ਕਿਰਪਾ ਹੋ ਗਈਆਂ ਐਤਕੀ ਤਾਂ, ਪੈਰੀ ਪੈਨੇ ਬਾਬਿਆਂ ਦੇ ਕਾਲਜ ਚ ਚਿੱਟਾ ਸਪਲਾਈ, ਕਿਰਪਾ ਬਾਬਿਆਂ ਦੀ, ਬੱਲੇ ਬੱਲੇ। ਸਾਡੇ ਬੱਚੇ ਇਸੇ ਤਰ੍ਹਾਂ ਹੀ ਰਹਿ ਗਏ ਤਾਂ ਸਾਡਾ ਇੱਥੇ ਦੁਨੀਆਂ ਤੇ ਕੀ ਰਹਿਣ ਦਾ ਫਾਇਦਾ ਹੈਗਾ? ਕੋਈ ਨੀ ਬਾਬਾ ਜੀ, ਇਹ ਤੁਹਾਡਾ ਹੱਥ ਸਿਰ ਤੇ ਆ, ਸਾਰੇ ਕਾਲਜ ਨੂੰ ਚਿੱਟੇ ਤੇ ਲਾ ਦਾਂਗੇ, ਚਿੱਟੇ ਤੇ। ਜੜੀ ਬੂਟੀ ਲੈ ਬਈ, ਐਡੂ ਵੀ ਵਧੀਆ ਬੱਚਾ ਤੇ ਬਹੁਤ ਗਾ ਮਾਲ ਆ। ਤੇਰੀ ਓਏ ਬਾਬਾ, ਚਿੱਟੇ ਚਿੱਟੇ ਰੰਗ ਦੀ ਜੱਟ ਚਿੱਟੇ ਤੇ ਹੈ ਮਰਦਾ। ਹੈਲੋ ਮਾਣੋ, ਵਾਕਈ ਗੱਲ ਸੱਚੀ ਸੀ ਤੇਰੀ, ਇੱਥੇ ਹੀ ਫਿਰਦੇ ਆ ਉਹ, ਨਾਲ ਦੋ ਸਾਥ ਜੇ ਆ, ਡਰੱਗ ਸਪਲਾਈ ਕਰਦੇ ਇੱਥੇ ਕਾਲਜ 'ਚ ਉਹ। ਹਾਂ ਮੈਂ ਲਾਉਣਾ ਸਿਟੀ 'ਚ ਫੋਨ। ਲੈ ਵੀ ਬਾਬਾ, ਮੇਰਾ ਕੰਮ ਹੋ ਗਿਆ, ਮੈਨੂੰ ਜਾਣਾ ਹੀ ਪੈਣਾ। ਉਹ ਤੇਰੀ ਮਨਿੰਦਰ, ਇਹਨੇ ਬਾਬਾ ਜੀ ਜ਼ਰੂਰ ਪੁਲਿਸ ਨੂੰ ਫੋਨ ਕੀਤਾ ਹੋਊ, ਮੈਂ ਦੇਖਦਾ ਇਹਨੂੰ। ਹੈਲੋ, ਕੀ ਕਿੱਥੇ ਆ ਗਿਆ ਸੀ ਹੁਣੇ? ਬਸ ਚੱਲ ਬਈ, ਆ ਜਾਓ ਆ ਜਾਓ। ਤੁਹਾਡੇ ਪਿਓ
ਹਾਂ ਬਈ ਪੁਲਿਸ ਆ ਗਈ ਭੱਜੋ ਇਹਨਾਂ ਸਾਰਿਆਂ ਨੂੰ ਬਾਅਦ ਚ ਵੇਖ ਲਾਂਗੇ ਭੱਜੋ 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 ਕਾਲਜ ਚ ਡਰੱਗ ਸਪਲਾਈ ਕਰਦੇ ਸਰ ਇਹ ਮੰਮੀ ਡੈਡੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਕਿਹਾ ਪਾਪਾ ਸਰਪ੍ਰਾਈਜ਼ ਦੇਵਾਂਗੀ ਬਹੁਤ ਵਧੀਆ ਡਾਕਟਰ ਸ਼ੇਪ ਕਰਾ ਕੇ ਆਉਣ ਲੱਗਾ ਡਾਕਟਰ ਨੂੰ ਕਹਿੰਦਾ ਕੱਢ ਓਏ 100 ਰੁਪਇਆ ਡਾਕਟਰ ਕਹਿੰਦਾ ਹੈ ਕਹਿੰਦਾ ਉਦੋਂ ਤਾਂ ਸਾਰਿਆਂ ਗੱਲਾਂ ਤੇ ਹੱਥ ਫਰਾਈ ਜਾਂਦਾ ਸੀ ਤੂੰ ਵੀ ਮੰਨਾ ਸਿਰਾ ਹੀ ਲਾ ਦਿੰਦਾ ਗੱਲ ਡਾਕਟਰ ਮੈਨੂੰ ਆਉਂਦਾ ਹੀ ਕਹਿੰਦਾ ਕਹਿੰਦਾ ਯਾਰ ਮੇਰੇ ਤੋਂ ਤਾਂ ਪੈਸੇ ਲੈ ਗਿਆ ਮੈਂ ਕਿਹਾ ਸਾਲਿਆ ਨਾਂ ਮੇਰਾ ਸੀ ਦੁਕਾਨ ਮੇਰੀ ਨਹੀਂ ਸੀ ਠੀਕ ਹੈ ਠੀਕ ਤੇਰੀ ਦੀ ਸਫਾਰੀ ਲੜੀ ਇਹਨਾਂ ਨੇ ਤਾਂ ਓਏ ਹੋ ਇੱਦਾਂ ਨਹੀਂ ਚੱਕਦੇ ਕੋਈ ਹੋਰ ਸਕੀਮ ਲਾਵਾਂਗੇ ਕਿਹੜੀ ਸਕੀਮ ਬਾਈ ਲਾ ਫਿਰ ਆਪਣੀ ਚੰਡੀਗੜ੍ਹ ਵਾਲੀ ਸਹੇਲੀ ਨੂੰ ਫੋਨ ਹਾਂ ਹੁਣ ਤਾਂ ਉਹੀ ਕੰਮ ਆਊ ਹੈਲੋ ਹਾਂ ਕਿੱਥੇ ਆ ਸਰਕਾਰੋ ਨਾਲੇ ਬਾਈ ਢਿੱਲੋਂ ਤੁਹਾਨੂੰ ਯਾਦ ਕਰਦਾ ਲੈ ਬਈ ਬਣ ਗਿਆ ਕੰਮ ਰਾਂਝਾ ਦਾ